हाय एवरीबॉडी, वेलकम टू द न्यू व्लॉग। सो इस व्लॉग में वी ऑल आर गोइंग टू माय मासीज हाउस। उन्होंने हमें रोटी पे इनवाइट किया है, सो हम सारी फैमिली वहाँ पे जाएंगे। सो अभी मैं अपने मायके में हूँ, जस्ट जॉब से मैं सीधा यहाँ आई हूँ, एक मिनट हुआ है मुझे। सो आई एम स्टार्टिंग दिस व्लॉग नाउ। तो आज हम सारे जाएंगे रज्जी मासी के यहाँ रोटी पे, और अभी बस आधे पौने घंटे तक बाकी के मेम्बर्स भी मेरे उधर वाले इन लॉज वाले यहाँ आ जाएंगे, फिर यहाँ से हम एक साथ जाएंगे मासी के यहाँ। सो ये हम मासी के घर पहुँच गए हैं और ये सारा मिलन मिलाप हो रहा है। ये मम्मा ने दिए बुके मासी को, ये है मेरे राज मासी, रज्जी मासी जो मर्जी कह लो, और ये है उनके घर में बाबा जी का रूम, मेरे मासी नानक सर को, बाबा जी को, माता साहिब कौर जी को, सबको बहुत मानते हैं और पाठ पूजा में बहुत बिलीव रखते हैं। एंड ये उनका घर है, प्रॉपर ऐसे नीचे बेडिंग करी हुई है। रिम्पी मासी, ये मेरा भाई, मम्मा, ये सोमा मासी, ये सुदू, और ये देखो प्रॉपर नीचे बेडिंग करी हुई है, एकदम बढ़िया सा घर बनाया है मासी ने। और ये मेरा नाम, शॉर्ट नाम सिफू है, घर पे सारे सिफू बुलाते हैं, शगन। और अब हमने डिसाइड किया कि हम खेलेंगे ट्रूथ एंड डेयर, और इसमें बहुत मज़ा आया, मिस मत करना। जो रूस जाती है, क्यों घर खाली खाली लगता है? दस किदा मना सकते हैं मैनू, जे मैनू पता होना मना लें तो मैनू आंसर ही पता है, किदा मना सकते हैं? जिन्नी बार भी माड़ा मोटा मनाया है, किदा मनाया है? चॉकलेट देके ना कैंसिल नहीं, इनू एक बार बस कोल आके मना लो, आराम से प्यार नाल गल कर लो, फिर मना लो। वैसे आप एक ओला सिस्टम रखा है, एक दो तीन करके सॉरी बोल दो दोनों ने। नहीं मैं इन्हू कहनी हूँ, मैं इन्हू बोल दिया इधर कोल जानी हूँ, मैं कहनी हूँ शिवम मैंने सॉरी बोल, सॉरी बोल दे उस समय तेरा थॉट आ जाता है ना, मतलब बनाया इन्हें ही इनडायरेक्टली, आप ही नहीं आंदा, मैं जाके कहनी हूँ मैंने सॉरी बोल। तो डेयर तो फोन कर लो क्या आ गया ना, मैं नाम दसो फिर की नानी दे मामे नु छड्डो, मामे देखो उठ के भज के लोते मैं कुछ करके देना, सच
ਸੱਚ ਬੋਲੇ ਨਾ ਹਾਂ ਸੱਚ ਬੋਲ ਵੀ ਉਹ ਵਾਲਾ ਸੀਰੀਅਲ ਕਿੰਨੀ ਵਾਰੀ ਰਿਪੀਟ ਕੀਤਾ ਹੈ ਜਿੰਨੀ ਵਾਰੀ ਰਿਪੀਟ ਹੋਇਆ ਕਿੰਨੀ ਵਾਰੀ ਰਿਪੀਟ ਹੋ ਗਿਆ ਪੂਰੀ ਪੂਰੀ ਮੈਂ ਇਹ ਮੈਸੇਜ ਦੇਣਾ ਚਾਹਾਂਗੀ ਕਿ ਅੱਛੇ ਸਮੇਂ 'ਚ ਕਿਸੇ ਦਾ ਸਾਥ ਦਿਓ ਨਾ ਦਿਓ, ਜਿਹੜੇ ਤੁਹਾਡੇ ਰਿਲੇਸ਼ਨਸ ਹੈ ਚਾਹੇ ਖੂਨ ਦੇ ਹੈ ਚਾਹੇ ਸਨੇਹ ਦੇ ਰਿਸ਼ਤੇ ਨੇ, ਮਾੜੇ ਸਮੇਂ ਜ਼ਰੂਰ ਸਾਥ ਦਿਓ। ਔਰ ਜਿਹਨੇ ਤੁਹਾਡਾ ਸਾਥ ਦਿੱਤਾ ਹੈ ਉਹਦਾ ਅਹਿਸਾਨ ਉਹਦਾ ਗੁਣ ਕਦੇ ਨਾ ਭੁੱਲੋ। ਤੁਸੀਂ ਸਾਰਿਆਂ ਨੂੰ ਮਤਲਬ ਜੋ ਜਿਵੇਂ ਤੁਹਾਡੀ ਵੈਡਿੰਗ ਦੀ ਜੋ ਵੀ ਸਟੋਰੀ ਆ ਉਹ ਸੁਣਾਓ। ਆਪਣੀ ਤੇ ਮੰਮਾ ਦੀ ਸ਼ੁਰੂ ਤੋਂ ਮੇਰੇ ਤੋਂ ਬਹੁਤ ਡੀਲ ਰਹੀ। ਮਿਲੇ ਕਿੱਦਾਂ, ਵਿਆਹ ਕਿੱਦਾਂ ਹੋਇਆ, ਉਹ ਸਭ ਤੇ ਲਵ ਲੈਟਰ ਦਾ ਵੀ ਸਟਾਰਟ ਹੋ ਸੀ। ਲਵ ਲੈਟਰ ਤਾਂ ਬਹੁਤ ਚੱਲ ਹੋਇਆ ਸੀ, ਪਹਿਲੇ ਪਸੰਦ ਹੀ ਨਹੀਂ ਸੀ। ਪਹਿਲਾਂ ਜਿਹੜੀ ਬਚਪਨ ਦੀ ਇਕੱਠੇ ਖੇਲਦੇ ਸੀ, ਛੋਟੇ ਛੋਟੇ ਇਕੱਠੇ ਖੇਲਦੇ ਸੀ ਤੇ ਸਾਡੇ ਰਿਲੇਸ਼ਨ ਸੀ, ਸਾਡੇ ਘਰ ਆਉਂਦੇ ਸੀਗੇ, ਪਰ ਇੰਨਾ ਨਹੀਂ ਪਤਾ ਸੀਗਾ ਕਿ ਮੈਰਿਜ ਇਹਨਾਂ ਨਾਲ ਹੋਈ। ਇਕੱਠੇ ਖੇਲਦੇ ਸੀ ਤੇ ਔਰ ਫਸਟ ਟਾਈਮ ਮੈਂ ਕਿਸੇ ਦਾ ਘਰਦੇ ਨੇ ਕਿਹਾ ਵੀ ਤੇਰਾ ਵਿਆਹ ਵੀ ਕਰਨਾ, ਉਹ ਕੁੜੀ ਛੁੜੀ ਦੇਖ ਲੈ ਚੱਲ ਕੇ। ਅਸੀਂ ਇੱਦਾਂ ਹੀ ਗਏ, ਕਰਨੇ ਕੋਈ ਪਲਾਨ ਸੀ ਪਰ ਮੇਰਾ ਕੋਈ ਪਲਾਨ ਨਹੀਂ, ਨਾ ਹੀ ਮੈਨੂੰ ਪਤਾ ਸੀਗਾ। ਮੈਂ ਫਸਟ ਟਾਈਮ ਦੇਖਿਆ ਔਰ ਫਸਟ ਟਾਈਮ ਮੈਨੂੰ ਪਸੰਦ ਆ ਗਈ। ਇਹ ਵੀ ਕਹਿੰਦੀ ਵਿਆਹ ਚੰਗਾ ਰਹਿੰਦੇ ਨਾਲ ਹੀ ਕਰਨਾ ਆਪਣਾ ਜੈਪੁਰ ਤੋਂ ਪੰਜਾਬੀ ਨੂੰ ਆਉਂਦੀ ਨਹੀਂ ਸੀ ਬਿਲਕੁਲ ਵੀ, ਪੰਜਾਬੀ ਦੇ ਵਿੱਚ ਜੀਰੋ ਸੀਗੀ, ਪੰਜਾਬੀ ਨੂੰ ਪਤਾ ਹੀ ਨਹੀਂ ਸੀ ਜ਼ਿਆਦਾ, ਸਟੇਟ ਹੀ ਹੈ ਨਹੀਂ ਸੀ ਉਹਦੀ ਸਟੇਟ ਉੱਧਰ ਜੈਪੁਰ ਸੀ। ਇਹਦੇ ਪਾਪਾ ਸੀਗੇ ਸੀ ਬੀ ਆਈ ਦੇ ਵਿੱਚ, ਸੀ ਬੀ ਆਈ ਜੋਬ ਸੀ, ਉਹ ਕਦੇ ਕਿਤੇ ਟਰਾਂਸਫਰ ਕਦੇ ਕਿਤੇ ਟਰਾਂਸਫਰ, ਉਹਨਾਂ ਦੀ ਛੇ ਛੇ ਮਹੀਨੇ ਬਾਅਦ ਟਰਾਂਸਫਰ ਮੰਗ ਜਾਂਦੀ ਸੀ, ਇਸ ਕਾਰਨ ਉਹਨਾਂ ਘਾਟ ਘੱਟਦਾ ਪਾਣੀ ਪੀਤਾ ਸੀ। ਇਹਦੇ ਵੀ ਪੰਜਾਬੀ ਬੰਦੇ ਹੋਰ ਖੋਜੀਆਂ ਵਾਲੇ, ਇਹਨਾਂ ਨੂੰ ਪਤਾ ਨਹੀਂ ਉਹ ਜੀ ਕਹਿੰਦੇ ਕਿ ਉਹ ਸਾਡੇ ਕੋਲ ਸੀ ਪੰਜਾਬੀ ਜੋ ਫਿਰ ਇਹਨੇ ਪਲੱਸ ਵਨ ਪਲੱਸ ਟੂ ਇੱਥੇ ਕੀਤੀ, ਉਸ ਤੋਂ ਬਾਅਦ ਬੀ ਏ ਫਸਟ ਈਅਰ ਸੈਕਿੰਡ ਈਅਰ ਫਿਰ ਐੱਮ ਏ ਫਿਰ ਬੀ ਐੱਡ, ਔਰ ਵਿਆਹ ਤੋਂ 13-14 ਸਾਲ ਬਾਅਦ ਜਾ ਕੇ ਸਟੱਡੀ ਸ਼ੁਰੂ ਕੀਤੀ ਸੀ ਇਹਨਾਂ ਨੇ ਤਿੰਨ ਬੱਚਿਆਂ ਦੇ ਨਾਲ। ਮਤਲਬ ਕਿ ਇਹਨਾਂ ਨੇ ਫਾਦਰ ਦੀ ਡਿਊਟੀ ਕੀਤੀ, ਪੜ੍ਹਾਉਂਦੇ ਗਏ। ਉਹ ਵਿਆਹ ਤੋਂ 13 ਸਾਲ ਬਾਅਦ ਤਿੰਨ ਬੱਚਿਆਂ ਦੇ ਨਾਲ, ਕੋਈ ਹੈਲਪ ਨਹੀਂ ਕੋਈ ਕੁਛ ਨਹੀਂ, ਘਰ ਦਾ ਕੰਮ ਸਾਰਾ ਕਰਨਾ ਆਇਆ ਗਿਆ ਸਾਡੇ ਦਾ ਸੀਗਾ ਸਾਰਾ, ਕਿਉਂਕਿ ਮਾਂ ਸਾਡੇ ਕੋਲ ਸੀਗੀ, ਮਾਂ ਸਾਡੇ ਕੋਲ ਨਹੀਂ ਸੀ, ਅਸੀਂ ਮਾਂ ਦੇ ਕੋਲ ਸੀਗੇ, ਅਸੀਂ ਮਾਂ ਦੇ ਨਾਲ ਸੀਗੇ, ਜਾਂ ਮਾਂ ਸਾਡੇ ਨਾਲ ਸੀ, ਗੱਲ ਇੱਕੋ ਸੀਗੀ, ਪਰ ਸਾਡੀ ਮਾਂ ਨੇ ਸਾਨੂੰ ਬਹੁਤ ਸੰਭਾਲਿਆ। ਇਹ ਅੱਜ ਦੀ ਤਰੀਕ ਦਾ ਇੰਨਾ ਆਪਣੀ ਮਾਂ ਨੂੰ ਯਾਦ ਨਹੀਂ ਕਰਦੇ ਜਿੰਨਾ ਮੇਰੀ ਮਾਂ ਨੂੰ ਯਾਦ ਕਰਦੇ। ਸਾਡੇ ਦੋਨਾਂ ਦਾ ਇੱਕੋ ਹੀ ਹੈ, ਸੁਣਾ ਦੇ ਮਨ ਤੁਹਾਨੂੰ ਗਲਾ ਬਹੁਤ ਖਰਾਬ ਹੁੰਦਾ ਹੈ।
मोस्ट हैप्पीएस्ट मोमेंट पहले दो साल मेरे जान तो मेरी लाइफ इतने वादिया पर्सन लेके आने थैंक यू मेरी वेडिंग वाली कमी और भैया वाली ट्रुथ के डेयर तीन क्वेश्चन उसने तेरी सहेली का नाम सहेली का नाम की है चलो दो साल टाइम आएगा तुम 16 साल किसी को सवाल ही नहीं है तेन बैटरी लो इनी देखी नहीं ना कदली मैं जो मैं ज्यादा खप कर रही हूँ हमेशा मैं खप कर दो देखा तो जो मैं नॉर्मल हूँ ना तब लगता है बैटरी लो हो गई अखा के ऊपर ही है फिर सरबत्ती अखा क्यों स्पीक द ट्रुथ विद कॉन्फिडेंस यही रीजन है बता मासी जी एक सब तो अच्छी आदत दसनी और एक सब तो बुरी सब तो बुरी आदत पहले दस देना गुस्सा बहुत करती है जिदे करके आज मेरा घर चल रहा जो सेम क्वेश्चन अंकल ने पूछा था ना हुन तुसी उनका जवाब दो एक अच्छी चीज उनना दी एक गंदी चीज उनना दी बुरी मतलब हां इसलाइक गंदी चीज बुरी तो दस ही नहीं होती है बस तू बोलोगे नहीं तुसी चुप रहो ना तू बोल रहा हो वो टाइम है बोल कोई भी सारी अच्छी नहीं बोलनी मैंने एक को 10वीं मैंने बाबू ने कंप्लीट कर किसी ने भेजी अभी नहीं पापा जी बस रिंपी नु कह दें मैं बस आया 5 मिनट तक चार घंटे तक नहीं आते मैं कभी नहीं कहा 5 मिनट जाना मैं कह रिंपी टाइम लगेगा ना 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 पूछ ले मैं रिंपी कहती बस
ਮਾਸੀ ਫੈਸਲਾ ਕਰੋ ਚਲ ਚੰਗੀ ਗੱਲ ਅੱਛਾ ਅੱਛੀ ਗੱਲ ਰੋ ਨਾ ਪਤਾ ਹੈ ਗੁਰੂ ਗੁਰ ਕਹਿ ਜਾਂਦਾ ਪਤਾ ਹੈ ਪਾਪਾ ਜੀ ਤਾਂ ਕਹਿੰਦੇ ਨਹੀਂ ਮੇਰੀ ਅਗਲ ਮੰਨ ਮੈਂ ਜਿੱਦਾਂ ਮਰਜ਼ੀ ਚਲੋ ਮੈਂ ਵੀ ਕੋਸ਼ਿਸ਼ ਕਰਦਾ ਜੇ ਹੱਸ ਕੇ ਬੁਲਾਵੇ ਕਿਤੇ ਤੇਰਾ ਰੁਤਬਾ ਕੱਟਦਾ ਜੇ ਹੱਸ ਕੇ ਬੁਲਾਵੇ ਕਿਤੇ ਕਿਤੇ ਗੁੱਸਾ ਨੂੰ ਸ਼ੌਕ ਤਾਂ ਜਾਂਦੀਆਂ ਮੁਹੱਬਤਾਂ ਜਤਾਵੇ हमारी कोई भी पार्टी डांस के बिना अधूरी है, तो ट्रूथ एंड डेयर के बाद हमने बहुत ज़्यादा डांस किया, बहुत मज़ा आया। अगर आपको कुछ समझ आया हो तो कर देना।